ਤੱਕ ਸੰਗਤਾਂ ਕਾਫੀ ਜੁੜ ਚੁੱਕੀਆਂ ਹਨ ਅਤੇ ਘੋੜੇ ਵੀ ਪੰਡਾਲ ਵਿੱਚ ਲਿਆਂਦੇ ਜਾ ਚੁੱਕੇ ਹਨ। ਸੰਗਤਾਂ ਵਿੱਚ ਗੁਰੂ ਮਹਾਰਾਜ ਦੇ ਘੋੜੇ ਅਤੇ ਸਿੰਘਾਂ ਦੇ ਹੋਰ ਘੋੜਿਆਂ ਲਈ ਅਥਾਹ ਸ਼ਰਧਾ ਹੈ ਅਤੇ ਹਰ ਇੱਕ ਪ੍ਰਾਣੀ ਉਹਨਾਂ ਦੇ ਨੇੜੇ ਜਾਣਾ ਲੋਚਦਾ ਹੈ।
ਕਰਨਾ ਸੀਗਾ ਤੇ ਮਾਲਾ ਦਾ ਪਾਈ ਰਸਤਾ ਉੱਤੇ ਹੋ ਚੁੱਕਾ ਸਾਡੇ ਤੋਂ ਹੈਲੋ।
ਇਸੇ ਟਾਈਮ ਜਦੋਂ ਸੰਗਤਾਂ ਨਗਰ ਕੀਰਤਨ ਦੀ ਤਿਆਰੀ ਕਰਨ ਵਾਲੀਆਂ ਹਨ ਅਤੇ ਚਾਲੇ ਪਾਉਣ ਵਾਲੀਆਂ ਹਨ, ਇਸ ਮੌਕੇ 'ਤੇ ਇੱਕ ਆਵਾਜ਼ ਨੇ ਦਿਖਾਈ ਦਿੱਤੀ ਅਤੇ ਸੰਗਤਾਂ ਦਾ ਇਸ ਪਾਸੇ ਵੱਲ ਵਧੇਰੇ ਉਤਸ਼ਾਹ ਰਿਹਾ।